ਅਮਰਦੀਪ ਸਿੰਘ ਪ੍ਰਿਆ, ਤੇ ਜਿੱਥੇ ਅਸੀਂ ਇੰਟਰਵਿਊ ਜਾਂ ਹੋਰ ਮੇਰੀਆਂ ਤੁਸੀਂ ਕਵਿਤਾਵਾਂ ਵੀ YouTube ਚੈਨਲ ਤੇ ਦੇਖਦੇ ਆ, ਤੇ ਉੱਥੇ ਨਾਲ ਨਾਲ ਕਾਫੀ ਵੀਡੀਓ ਮੈਂ ਸੋਢੀ ਚਮਕਾਰੇ ਦੀਆਂ ਪਿੱਛੇ ਵੀ ਲੈ ਕੇ ਆਇਆ ਤੇ ਅੱਗੇ ਵੀ ਲੈ ਕੇ ਆਉਂਦੇ ਰਵਾਂਗੇ। ਤੇ ਅੱਜ ਤੁਹਾਡੇ ਨਾਲ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਦਾ ਡਿਊਟ ਗਾਣਾ ਸੋਢੀ ਚਮਕਾਰਾ ਜੀ ਲੈ ਕੇ ਆ ਰਿਹਾ, ਤੇ ਇੱਕ ਵੱਖਰਾ ਗੀਤ ਆ, ਤੁਸੀਂ ਬਹੁਤ ਘੱਟ ਸੁਣਿਆ ਹੋਊ ਗੀਤ, ਤੇ ਪੂਰੀ ਵੀਡੀਓ 'ਚ ਬਣੇ ਰਹਿਣਾ ਤੇ ਮੇਰੇ ਨਾਲ ਨੇ ਸੋਢੀ ਚਮਕਾਰਾ ਜੀ, ਤਾਂ ਸੁਣੋ ਜੀ। ਚਲੋ ਕੁੜੀ ਤੇ ਮੇਰੇ ਨਾਲ ਹੈ ਨੀ ਗੀ, ਮੈਂ ਕੱਲਾ ਹੀ ਚਮਕੀਲੇ ਦਾ ਡਿਊਟ ਗਾਣਾ ਗਾ ਰਿਹਾ, ਬੜੇ ਪਿਆਰ ਨਾਲ ਸੁਣਨਾ। ਸਾਡੇ ਪਿੰਡ ਦਾ ਰਿਵਾਜ ਨਜ਼ਾਰਾ ਵੇ ਸੁਣਨ ਦਿਲਦਾਰਾ, ਕੁੱਟਣ ਘੱਟ ਘੜੀਸਣ ਵਾਲਾ, ਕਰੇਗਾ ਬੌੜੀ ਬੌੜੀ ਵੇ ਪਤਾ ਲੱਗੂ ਜਦੋਂ ਕੁੱਕੜ ਵਾਂਗੂ ਧੌਣ ਮਰੋੜੀ ਵੇ। ਹੋਰ ਕਰਨੀ ਆ ਸਾਡੇ ਪਿੰਡ ਦਾ ਰਿਵਾਜ ਨੇ ਆ ਰਾਵੇ ਸੁਣ ਦਿਲਦਾਰ, ਸਾਡੇ ਪਿੰਡ ਦਾ ਰਿਵਾਜ ਨੇ ਆ ਰਾਵੇ ਸੁਣ ਦਿਲਦਾਰ, ਕੁੱਟਣ ਘੱਟ ਘੜੀ ਸਣ ਵਾਲਾ, ਕੁੱਟਣ ਘੱਟ ਘੜੀ ਸਣ ਵਾਲਾ, ਕਰੇਗਾ ਬੌੜੀ ਬੌੜੀ ਪਤਾ ਲੱਗੂ ਜਦੋਂ ਕੁੱਕੜ ਵਾਂਗੂ ਧੌਣ ਮਰੋੜੀ ਵੇ, ਪਤਾ ਲੱਗੂ ਜਦੋਂ ਕੁੱਕੜ ਵਾਂਗੂ ਧੌਣ ਮਰੋੜੀ ਵੇ। ਸਾਡੇ ਪਿੰਡ ਦੇ ਮੁੰਡੇ ਨੇ ਸੁਣਦੇ ਅਰਦਾ ਲਾਉਂਦੇ, ਸਾਡੇ ਪਿੰਡ ਦੇ ਮੁੰਡੇ ਨੇ ਸੁਣਦੇ ਅਰਦਾ ਲਾਉਂਦੇ, ਇਹ ਤੇ ਘਰ ਦੀ ਦਾਰੂ ਪਾਉਂਦੇ, ਇਹ ਤੇ ਘਰ ਦੀ ਦਾਰੂ ਪਾਉਂਦੇ, ਖਾ ਮਾਵੇ ਤੇ ਮਾਵਾ ਜੀ ਇੱਕ ਅੱਧੇ ਨੂੰ ਰੋਵੇ ਉੱਤੇ ਆ ਫਿਰਦਾ ਆਵਾ ਨੀ, ਇੱਕ ਅੱਧੇ ਨੂੰ ਰੋਵੇ ਉੱਤੇ ਆ ਫਿਰਦਾ ਆਵਾ ਨੀ। ਜਦੋਂ ਚਾਰ ਘਤੌਣ ਚ ਰੱਖੀਆਂ ਵੇ ਸਭ ਪੀਤੀ ਲੈ ਜਾਂਦੀ, ਜਦੋਂ ਚਾਰ ਘਤੌਣ ਚ ਰੱਖੀਆਂ ਵੇ ਸਭ ਪੀਤੀ ਲੈ ਜਾਂਦੀ। ਸਾਡੇ ਪਿੰਡ ਚ ਗੱਲ ਇੱਕ ਬੀਤੀ ਨੀ, ਅਸੀਂ ਬੜੀ ਤਰੱਕੀ ਕੀਤੀ, ਇੱਕੋ ਦਾਈ ਤੋਂ ਗੁੜਤੀ ਲੀਤੀ, ਇੱਕੋ ਦਾਈ ਤੋਂ ਗੁੜਤੀ ਲੀਤੀ, ਪਿੰਡ ਦੇ ਬੜੇ ਸਿਆਣੇ ਨੇ, ਕੱਲੇ ਕੱਲੇ ਕਰ ਗਿਣ ਲੈਣੀ ਦੋ ਦੋ ਦਰਜਣ ਨਿਆਣੇ ਨੇ, ਕੱਲੇ ਕੱਲੇ ਕਰ ਗਿਣ ਲੈਣੀ ਦੋ ਦੋ ਦਰਜਣ ਨਿਆਣੇ ਨੇ। ਅੰਨਾ ਸ਼ਕੀਨ ਕਾਰੇ ਵਿੱਚ ਲੱਤਾਂ ਆਪ ਕਸੋਲੂ ਵੇ, ਤੂੰ ਚਮਕੀਲੇ ਦੀ ਗੱਲ ਜਰ ਜਾਂਦੀ ਅੱਡੀਆਂ ਕੂਚ ਜਵਾਰੇ ਚੜ ਜਾ, ਚਮਕੀਲੇ ਦੀ ਗੱਲ ਜਰ ਜਾਂਦੀ ਅੱਡੀਆਂ ਕੂਚ ਜਵਾਰੇ ਚੜ ਜਾ, ਮੈਂ ਕੀ ਲੈਣਾ ਏ ਚੁੱਪ ਕਰ ਜਾ, ਉਹ ਲੈਣਾ ਏ ਚੁੱਪ ਕਰ ਜਾ, ਤੂੰ ਪਰਦੇ ਫੁੱਲੀ ਜਾਨੀ ਏ, ਮੈਂ ਮਾਰੂ ਧੌਣ ਵਿੱਚ ਹੂਰੇ ਕੰਜਰ ਦੀ ਏ ਬੋਲੀ ਜਾਨੀ ਏ, ਮੈਂ ਮਾਰੂ ਧੌਣ ਵਿੱਚ ਹੂਰੇ ਕੰਜਰ ਦੀ ਏ ਬੋਲੀ ਜਾਨੀ ਏ, ਮੈਂ ਮਾਰੂ ਧੌਣ ਵਿੱਚ ਹੂਰੇ ਸਾਰੇ ਦੀ ਏ ਬੋਲੀ ਜਾਨੀ ਏ। ਬਹੁਤ ਵਧੀਆ, ਤੇ ਇਸ ਗੀਤ ਜਿਹੜਾ ਇਹ ਬਹੁਤ ਪੁਰਾਣਾ ਮੇਰੇ ਖਿਆਲ, ਕਦੋਂ ਆਇਆ ਸੀ ਗੀਤ ਇਹਦੇ ਬਾਰੇ ਕੁਛ ਤੁਹਾਨੂੰ ਨੌਲੇਜ ਹੈ? ਕਾਫੀ ਟਾਈਮ ਘੱਟੋ ਘੱਟ 22 ਸਾਲ ਪੁਰਾਣਾ। ਠੀਕ ਹੈ, ਤੇ ਇਸ ਗੀਤ ਨੂੰ ਅੱਜ ਦੇ ਟਾਈਮ ਦੇ ਵਿੱਚ ਤੁਸੀਂ ਕਿੱਥੇ ਦੇਖਦੇ ਹੋ ਕਿ ਜਿਵੇਂ ਅੱਜ ਗੀਤ ਚੇਂਜ ਹੋ ਰਿਹਾ, ਕਾਫੀ ਮਾਹੌਲ ਵੀ ਚੇਂਜ ਹੋ ਰਿਹਾ, ਵੈਸਟਰਨ ਆ ਰਿਹਾ, ਤੇ ਇਸ ਗੀਤ ਨੂੰ ਤੁਸੀਂ ਕਿੱਥੇ ਕੁ ਦੇਖਦੇ ਅੱਜ ਦੇ ਟਾਈਮ 'ਚ ਵੀ ਇਹ ਸੁਣਿਆ ਜਾਂਦਾ, ਕਿੰਨਾ ਕੁ ਤੁਸੀਂ ਪ੍ਰੋਗਰਾਮਾਂ 'ਤੇ ਗਾਉਂਦੇ ਹੋਵੋਗੇ? ਬਹੁਤ ਸੁਣਨ ਵਾਲੇ, ਕਿਉਂਕਿ
ਚੀਜ਼ ਵਧੀਆ ਜਿਹੜੀ ਵਧੀਆ ਹੁੰਦੀ ਹੈ। ਠੀਕ ਹੈ ਇਹਦੇ ਨਾਲ ਨਾ ਹੁਣ ਜਾਂਦੇ ਜਾਂਦੇ ਇੱਕ ਤੁਸੀਂ ਮਾਨਕ ਸਾਹਿਬ ਦਾ ਗਾਣਾ ਤੇਰੇ ਟਿੱਲੇ ਤੋਂ ਸੂਰਤ ਦੀ ਵੀ ਹੀਰ ਦੀ ਮੈਨੂੰ ਪਤਾ ਸੁਣਿਆ ਮੈਂ ਤੇ ਬਹੁਤ ਵਧੀਆ ਗਾਉਂਦੇ ਉਹ ਵੀ ਦੋ ਬੋਲ ਜੀ ਜੀ ਬਹੁਤਾ ਤੁਹਾਡੇ ਸਨਮੁੱਖ ਨਵੀਆਂ ਨਵੀਆਂ ਇੰਟਰਵਿਊ ਗੀਤ ਅਤੇ ਹੋਰ ਕਵਿਤਾਵਾਂ ਵਗੈਰਾ ਲੈ ਕੇ ਆਉਂਦੇ ਰਹਾਂਗੇ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਧੰਨਵਾਦ।